सत श्री अकाल पीबी बत्ती नवां शहर देख रहे हो। इस वेले दी अजिही खबर तुहाडे नाल सांझी करन जा रहे हां कि खबर सुन के तुसी भी हैरान हो जाओगे। दस दिए 19 साल पुराने भ्रिष्टाचार के एक मामले च 13 पुलिस अधिकारियों ते मुलाजमान नूं वधीक सैशन जज डॉक्टर अजीत अत्री की अदालत ने 5-5 साल की सज़ा सुनाई है और दोषियों नूं इस तों इलावा जुर्माना भी किया गया। जानकारी अनुसार यह मामला लाटरी का कारोबार चलाने वाले सुभाष कैटी की शिकायत से दर्ज किया गया सी, जिस विच उन्हां पुलिस नूं दित्ती शिकायत च कहा सी कि कई पुलिस मुलाजम ते अधिकारी उस कोल आउंदे हन ते उस नूं परेशान करदे हन, ओह रिश्वत मंगदे हन। इस संबंधी उन्हां पैसे मंगदे अते दिंदे होए इन्हां पुलिस अधिकारियों ते मुलाजमां दी सीडी भी बना ली सी, जिस तों बाद यह मामला सुरखियां विच छाया रहा। इस मामले च कई उतार चढ़ाव वेखण नूं मिले, पर हुण 19 साल बाद जिहड़े दोषी आ उन्होंने सज़ा भी मिली है तो जुर्माना भी लगे। एक बार तो मौके की पूरी रिपोर्ट दिखाने। अज कि 13 पुलिस मुलाजम है जिन्हों अज सज़ा सुनाई गई है मानयोग अदालत कोर्ट वालों। जी एक एफ आई आर 2003 विच दर्ज हुई सी, 24/4/2003 थाना डिवीजन नंबर 6। ਇਹ ਸੀਕਰੇਟ ਇਨਫੋਰਮੇਸ਼ਨ ਦੇ ਪਰਚਾ ਦਰਜ ਹੋਇਆ ਸੀ ਕਿ ਏਰੀਆ ਦੇ ਵਿੱਚ ਕੋਈ ਇਲੀਗਲ ਦੜਾ ਸੱਟਾ ਚੱਲ ਰਿਹਾ ਹੈ, ਜਿਸ ਬਿਹਾਵ ਦੇ ਉੱਤੇ ਇਹ ਫਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਕਰੀਬ 16 ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ। ਉਹਨਾਂ 16 ਬੰਦਿਆਂ ਦੇ ਵਿੱਚੋਂ 15 ਸੀ ਜਿਹੜੇ ਪੁਲਿਸ ਕਰਮਚਾਰੀ ਸੀ, ਪਰ ਇਹ ਤਾਂ ਇੱਕ ਪ੍ਰਾਈਵੇਟ ਪਰਸਨ ਸੀ ਸੁਭਾਸ਼ ਕੱਟੀ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ। ਦੌਰਾਨੇ ਜ਼ਿਲ੍ਹਾ ਸਮਾਜ ਅਦਾਲਤ ਵਿੱਚ ਇਹ ਕਰੀਬ 10 ਗਵਾਹ ਪ੍ਰੋਸੀਕਿਊਸ਼ਨ ਵੱਲੋਂ ਭੁਗਤਾਏ ਗਏ। ਪ੍ਰੋਸੀਕਿਊਸ਼ਨ ਦੀ ਸ਼ਹਾਦਤ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਨੇ ਇਸ ਮੁਕੱਦਮਾ ਦੇ 13 ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ ਸੁਣਾਈ ਹੈ। ਇੱਕ ਦੋਸ਼ੀ ਨੂੰ ਵਿੱਚ ਸੁਭਾਸ਼ ਕੈਟੀ ਨੂੰ ਬਰੀ ਕੀਤਾ ਗਿਆ ਅਤੇ ਉਹਨਾਂ ਦੇ ਵਿੱਚੋਂ 4 ਦੋਸ਼ੀ ਜਿਹੜੇ ਨੇ ਕਿ ਉਹ ਔਨ ਡਿਊਟੀ ਸਨ ਅਤੇ 9 ਰਿਟਾਇਰ ਹੋ ਚੁੱਕੇ ਹਨ। ਦੌਰਾਨੇ ਜ਼ੇਰ ਸਮਾਇਤ ਵਿੱਚੋਂ 2 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ। ਸਜ਼ਾ ਹੋਈ ਹੈ ਔਰ ਕਿਹੜੇ ਕੇਸ ਮਤਲਬ ਕਿ ਕਿਹੜੀ ਧਾਰਾਵਾਂ ਦੇ ਤਹਿਤ ਇਹਨਾਂ ਦੋਸ਼ੀਆਂ ਨੂੰ ਧਾਰਾ ਜਿਹੜੀ ਹੈਗੀ ਹੈ ਜੀ 7 ਤੇ 13-2 ਦੇ ਤਹਿਤ PCF ਦੀ ਧਾਰਾ 7 ਅਤੇ 13-2 ਦੇ ਤਹਿਤ ਇਹਨਾਂ ਨੂੰ ਸਜ਼ਾ ਹੋਈ ਹੈ ਜੀ। 5-5 ਸਾਲ ਦੀ ਸਜ਼ਾ ਸੁਣਾਈ ਗਈ ਅਤੇ ਹੁਣ ਦੋਸ਼ੀ ਥਾਣੇ ਲੈ ਜਾ ਚੁੱਕੇ ਜੇਲ੍ਹ ਜੀ ਇਹ ਲਿਜਾਣਾ ਜੀ। ਮਾਨਯੋਗ ਅਦਾਲਤ ਨੇ ਦੋਸ਼ੀਆਂ ਨੂੰ ਕਸਟਡੀ ਵਿੱਚ ਲੈ ਕੇ ਜੇਲ੍ਹ ਹਿਰਾਸਤ ਭੇਜਣ ਦਾ ਹੁਕਮ ਕੀਤੇ ਨੇ, ਜੋ ਕਿ ਪ੍ਰੋਸੀਜਰ ਕਾਰਵਾਈ ਚੱਲ ਰਹੀ ਹੈ।